ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਤੁਹਾਨੂੰ ਖੁਸ਼ਖਬਰੀ ਦੱਸਣੇ ਅੱਜ ਵੀ ਇਹਨਾਂ ਵੱਲ ਵਧਾਈ ਬਣੀ ਆ ਕਰਮ ਵੱਲ ਤੇ ਜਸ ਵੱਲ ਚਲੋ ਇਹਦਾ ਵੀਜ਼ਾ ਆ ਗਿਆ ਇਹ ਕਾਫੀ ਦੇਰ ਦੀ ਟਰਾਈ ਕਰ ਰਿਹਾ ਸੀ ਤੇ ਬਹੁਤ ਵਧੀਆ ਲੱਗਾ ਬੜੀ ਖੁਸ਼ੀ ਹੋਈ ਆ ਕਿ ਚਲੋ ਕੋਈ ਨਾ ਕੋਈ ਸਾਡੇ ਵਿੱਚੋਂ ਅੱਗੇ ਫਿਰ ਵਧਣ ਲੱਗਾ ਵਾ ਬਿਲਕੁਲ ਜੀ ਬਿਲਕੁਲ ਤੇ ਇਸ ਕਰਕੇ ਸਾਨੂੰ ਮਿਲਣਾ ਆ ਤੇ ਪਰਮ ਕਦੋਂ ਜਾਣਾ ਮੈਂ ਨਾ ਹੁਣ ਥੋੜੇ ਕੁ ਦਿਨਾਂ ਤੱਕ ਚਲ ਜਾਣਾ ਮਤਲਬ ਕਿ ਕੱਲ੍ਹ ਚਲ ਜਾਣਾ ਜਾਂ ਪਰਸੋਂ ਹੈ ਨਾ ਜੀ ਅਤੇ ਜਿੱਦਾਂ ਇਹਨਾਂ ਦਾ ਪਵਿੱਤਰ ਉੱਦਾਂ ਦਾ ਹੀ ਮੈਂ ਵਾਂ ਠੀਕ ਹੈ ਜੀ ਅਤੇ ਮੈਨੂੰ ਵੀ ਇਹੀ ਕਿ ਚਲੋ ਚੈਨਲ ਦੇ ਉੱਤੇ ਕੰਮ ਕੀਤਾ ਵਾ ਪਰਿਵਾਰ ਵਾਂਗ ਕੰਮ ਕੀਤਾ ਵਾ ਸਪੋਰਟ ਕਰਨੀ ਚਾਹੀਦੀ ਹੈ ਨਾ ਜੀ ਅਤੇ ਅਸੀਂ ਕੀ ਕੀਤਾ ਕਿ ਥੋੜ੍ਹੇ ਦਿਨ ਹੋ ਗਏ ਮੈਂ ਕਿਹਾ ਮਾਮਾ ਜੀ ਮੇਰਾ ਆ ਗਿਆ ਵੀਜ਼ਾ ਹਾਂ ਇਹੋ ਗੱਲ ਹੋਈ ਮਾਮਾ ਜੀ ਮੇਰਾ ਆ ਗਿਆ ਵੀਜ਼ਾ ਅਤੇ ਵੀਜ਼ਾ ਆ ਗਿਆ ਅਤੇ ਹੁਣ ਨਾ ਜੋੜੀ ਦਾ ਟਰਾਈ ਕਰੀਏ ਕਿ ਨਵੀਂ ਜੋੜੀ ਲੱਭੀਏ ਕੋਈ ਜਿਹੜੀ ਸਾਡੇ ਨਾਲ ਘੋਲ ਮਿਲ ਸਕੇ ਅਤੇ ਕੰਮ ਕਰ ਸਕੇ ਸੋ ਇਸ ਕਰਕੇ ਸਾਨੂੰ ਫਿਰ ਉਹ ਜੋੜੀ ਨਵੀਂ ਮਿਲੀ ਅਤੇ ਅਸੀਂ ਮਤਲਬ ਕਿਹਾ ਕਿ ਮਤਲਬ ਚਲੋ ਇਹਨਾਂ ਨੂੰ ਵੀ ਨਾਲ ਲੈ ਕੇ ਤੁਰਦੇ ਹਾਂ ਹੈ ਨਾ ਅਤੇ ਉੱਧਰੋਂ ਮੇਰਾ ਵੀਜ਼ਾ ਵੀ ਆਇਆ ਹੁਣ ਮੇਰੀ ਟਿਕਟ ਹੋ ਗਈ ਆ ਅਤੇ ਨਾਲੇ ਸਪੈਸ਼ਲੀ ਮੈਂ ਹੁਣ ਮਾਮਾ ਅਤੇ ਮਾਮੀ ਨੂੰ ਮਿਲਣ ਆਇਆ ਸੀ ਅਤੇ ਨਾਲੇ ਤੁਹਾਨੂੰ ਵੀ ਦੱਸਣ ਆਇਆ ਕਿ ਹੁਣ ਅਸੀਂ ਮੈਂ ਹੁਣ ਚੱਲ ਜਾਣਾ ਮੈਂ ਬਾਹਰ ਅਤੇ ਤੁਸੀਂ ਇਸ ਚੈਨਲ ਨੂੰ ਸਪੋਰਟ ਕਰੋ ਅਤੇ ਵੇਖਦੇ ਰਹੋ ਇਹਨਾਂ ਦੀਆਂ ਨਵੀਂ ਨਵੀਂ ਸੀਰੀਆਂ ਅਤੇ ਦੱਸੋ ਮਾਮਾ ਜੀ ਹੁਣ ਬਾਕੀ ਤੁਸੀਂ ਬਾਕੀ ਸਾਰੇ ਜਿਹੜੇ ਮੈਸੇਜ ਕਰਦੇ ਹੈਗੇ ਵੀਡੀਓ ਦੇ ਵਿੱਚ ਕਿ ਤੁਸੀਂ ਪਰਮ ਤੇ ਜਸ ਨੂੰ ਵੀਡੀਓ ਦੇ ਵਿੱਚ ਨਹੀਂ ਲੈਂਦੇ ਛੋਟੀ ਵੀਡੀਓ ਜਿਹੜੀ ਨਵੀਂ ਸੀਰੀ ਸ਼ੁਰੂ ਕੀਤੀ ਆ ਮਾਨਪੁਰ ਵਲੌਗ ਤੇ ਉਹਦੇ ਵਿੱਚ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਲਿਆ ਤੇ ਉਹਦਾ ਕਾਰਨ ਇਹ ਸੀਗਾ ਕਿ ਪਰਮ ਦਾ ਵੀਜ਼ਾ ਆ ਗਿਆ ਤੇ ਉਹਦਾ ਕਰਕੇ ਆਪਾਂ ਫਿਰ ਵੀ ਸਾਨੂੰ ਛੱਡਣਾ ਪਿਆ ਹੈ ਨਾ ਤੇ ਇਹ ਆ ਕਿ ਆਪਾਂ ਅੱਜ ਮਿਲਣ ਆਏ ਹਾਂ ਤੇ ਪਰਮ ਨੇ ਚਲੇ ਜਾਣਾ ਜਿਵੇਂ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਅਸੀਂ ਵੀਡੀਓ ਜਿਹੜੀਆਂ ਵੀ ਬਣਾਉਂਦੇ ਆ ਉਹਦੇ ਵਿੱਚ ਅਸੀਂ ਕਪਲ ਜਿਹੜੇ ਆ ਮਤਲਬ ਬਰਾਬਰ ਰੱਖਦੇ ਆ ਬਰਾਬਰ ਰੱਖਦੇ ਆ ਬੀਬੀ ਹੈ ਨਾ ਹਾਂਜੀ ਤੇ ਹੁਣ ਇਹ ਹੁੰਦਾ ਵਾ ਕਿ ਜਿੱਦਾਂ ਉਹਦੇ ਵਿੱਚ ਉਹਨਾਂ ਦੋਵਾਂ ਜੀਆਂ ਨੇ ਕੋਈ ਰੋਲ ਕਰ ਲੈਣਾ ਵਾ ਤੇ ਉਹ ਫਿਰ ਇਕੱਲਿਆਂ ਕੋਲ ਨਹੀਂ ਹੁੰਦਾ ਹਾਂਜੀ ਬਿਲਕੁਲ ਲਗਭਗ ਅਸੀਂ ਕਰਾਉਣਾ ਨਹੀਂ ਚਾਹੁੰਦੇ ਕਿ ਚਲੋ ਆਪਣੇ ਹਸਬੈਂਡ ਨਾਲ ਹਰ ਕੁੜੀ ਨੂੰ ਰੋਲ ਕਰਨਾ ਸੌਖਾ ਹੋ ਜਾਂਦਾ ਵਾ ਹੈ ਨਾ ਕੰਫਰਟੇਬਲ ਹੁੰਦਾ ਵਧੀਆ ਹੁੰਦਾ ਵਾ ਅਤੇ ਕੋਈ ਚਲੋ ਕਿਸੇ ਵੇਲੇ ਇਹੋ ਜਿਹੀ ਇੱਕ ਅੱਧੀ ਵੀਡੀਓ ਇੱਕ ਦੋ ਸਾਲ 'ਚ ਆ ਵੀ ਜਾਂਦੀਆਂ ਵਾ ਪਰ ਅਸੀਂ ਸਾਡੀ ਕੋਸ਼ਿਸ਼ ਇਹ ਹੁੰਦੀ ਵੀ ਨਾ ਆਉਣ ਕੋਈ ਕੰਮ ਕਰਨ ਵਾਲਾ ਬੰਦਾ ਜਿਹੜਾ ਪਰੇਸ਼ਾਨ ਨਾ ਹੋਵੇ ਪਰੇਸ਼ਾਨ ਨਾ ਹੋਵੇ ਅਤੇ ਫਿਰ ਇਹਨਾਂ ਨੇ ਸਾਨੂੰ ਖੁਦ ਕਿਹਾ ਵੀ ਤੁਸੀਂ ਹੁਣ ਇੱਕ ਜੋੜੀ ਜਿਹੜੀ ਉਹ ਲੱਭ ਲਓ ਸਾਡੀ ਜਗ੍ਹਾ 'ਤੇ ਅਤੇ ਬਾਕੀ ਚਲੋ ਜਿਹੜੀ ਵੱਡੀ ਵੀਡੀਓ ਚੱਲ ਰਹੀ ਹੈ ਜਲਮ ਸਹੁਰੇ ਉਹਦੇ ਵਿੱਚ ਤਾਂ ਪਰਮ ਪਹਿਲੇ ਮੁੜ ਫਿਰ ਬਾਹਰ ਚੱਲ ਗਿਆ ਹਾਂ ਉਹਦੇ ਵਿੱਚ ਮੈਂ ਚੱਲ ਗਿਆ ਅਤੇ ਇਹ ਕੁੜੀ ਨਾਲ ਵਾ ਕੰਪਲੀਟ ਕਰਾਊਗੀ ਅਤੇ ਅੱਗੇ ਵੀ ਜਿੱਥੇ ਇਹਦੀ ਲੋੜ ਹੋਊਗੀ ਇਹਨੂੰ ਆਪਾਂ ਲਵਾਂਗੇ ਇਹ ਇੱਥੇ ਹੀ ਆ ਇਹਨੇ ਜਾਣਾ ਇਕੱਲੇ ਨੇ ਆ ਮੈਂ ਜਾਣਾ ਵਾ ਇਕੱਲੇ ਨੇ ਅਤੇ ਹੋ ਸਕਦਾ ਇਹ ਵੀ ਆਉਣ ਜਾਂ ਹੋ ਸਕਦਾ ਇਹ ਕੁਛ ਨਾ ਕੁਛ ਕਿਉਂਕਿ ਜਿੱਦਾਂ ਹੁਣ ਇਹਦਾ ਮਨ ਵਾ ਕਿਉਂਕਿ ਲੈ ਕੇ ਆਉਣਾ ਛੱਡ ਕੇ ਆਉਣਾ ਜਿੱਦਾਂ ਵੀ ਉਹਦੇ ਤੁਹਾਡੀ ਜ਼ਿੰਮੇਵਾਰੀ ਸਾਰੀ ਹੈ ਚਲੋ ਕੋਈ ਨਹੀਂ ਮਾਮਾ ਉਹਦਾ ਜਾਊਗਾ ਲੈ ਕੇ ਵੀ ਜਾਊਗਾ ਛੱਡ ਕੇ ਵੀ ਜਾਊਗਾ ਉਹ ਤੇ ਵੇਖੋ ਜੀ ਅਸੀਂ ਲੈ ਕੇ ਆਵਾਂਗੇ ਤੇ ਛੱਡ ਕੇ ਆਉਂਦੀ ਵੀ ਜ਼ਿੰਮੇਵਾਰੀ ਸਾਡੀ ਹੋਊਗੀ ਬਾਕੀ ਜੇ ਕਿਸੇ ਸੋਰਸ ਨਾਲ ਆਪ ਪਹੁੰਚ ਸਕਦੇ ਆ ਸਾਨੂੰ ਤਾਂ ਵੀ ਕੋਈ ਇਤਰਾਜ਼ ਨਹੀਂ ਜਿੱਦਾਂ ਵੀ ਆ ਸਕਦੇ ਹਨ ਤੇ ਆਪਾਂ ਜਿੰਨੇ ਕੁ ਜਣੇ ਹੈਗੇ ਆਪਾਂ ਕੰਮ ਕਰਾਂਗੇ ਬਾਕੀ ਸਾਡੀਆਂ ਗੁੱਡ ਵਿਸ਼ੇਸ ਇਹਨਾਂ ਦੇ ਨਾਲ ਵਾ ਪਰਮ ਦੇ ਨਾਲ ਆ ਵੀ ਚਲੋ ਵਧੀਆ ਹੋਇਆ ਵੀ ਇਹਨਾਂ ਨੂੰ ਮਹਾਰਾਜ ਨੇ ਜਿਹੜਾ ਇਹਨਾਂ ਨੇ ਆਪਣਾ ਟਾਰਗੇਟ ਲਿਆ ਸੀ ਉਹ ਪੂਰਾ ਹੋਇਆ ਵਾ ਬਾਕੀ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਮੈਨੂੰ ਨਾ 2-3 ਸਾਲ ਹੋ ਚੱਲੇ ਆ ਜਦੋਂ ਮੇਰੀ ਮੈਰਿਜ ਹੋਈ ਆ ਮੈਂ ਟਰਾਈ ਕਰ ਰਿਹਾ ਸੀਗਾ ਫੋਰਨ ਨਹੀਂ ਹੀ ਗੱਲ ਬਣਦੀ ਫਿਰ ਅਸੀਂ ਵੀਡੀਓ ਦੇ ਵਿੱਚ ਕੰਮ ਕਰਨਾ ਸਟਾਰਟ ਕਰ ਦਿੱਤਾ ਅਤੇ ਹੁਣ ਪਰਮਾਤਮਾ ਨੇ ਸੁਣ ਲਈ ਆ ਗੱਲ ਬਣ ਗਈ ਆ ਪੈਸੇ ਚਾਰ ਲਾਏ ਆ ਅਤੇ ਹਰ ਇੱਕ ਨੂੰ ਚਾਹ ਹੀ ਹੁੰਦਾ ਕਿ ਚਲੋ ਜਾ ਕੇ ਵੇਖੀਏ ਕੰਮ ਕਾਰ ਕਰੀਏ ਹੈ ਨਾ ਕਿ ਤੁਸੀਂ ਦੱਸ ਦਿਓ ਵੀ ਤੁਸੀਂ ਨਾਲ ਕੰਮ ਕੀਤਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਕਿੱਦਾਂ ਦਾ ਤੁਹਾਨੂੰ ਲੱਗਿਆ ਵਾ ਕਿਉਂਕਿ ਕਈ ਮਤਲਬ ਸੋਚ ਲੈਂਦੇ ਵੀ ਪਤਾ ਨਹੀਂ ਬੰਦੇ ਕਿੱਦਾਂ ਦੇ ਹੋਣਗੇ ਆਪਾਂ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਸਾਨੂੰ ਜ਼ਰੂਰਤ ਨਹੀਂ ਲੋੜ ਹੀ ਨਹੀਂ ਹੈਗੀ ਬਿਲਕੁਲ ਅਤੇ ਸਾਡਾ ਮਤਲਬ ਇਹ ਹੁੰਦਾ ਵਾ ਵੀ ਕੋਈ ਜੋ ਮਰਜ਼ੀ ਸਮਝੇ ਸਾਡੀ ਆਤਮਾ ਨੂੰ ਪਤਾ ਹੋਣਾ ਚਾਹੀਦਾ ਅਸੀਂ ਕੰਮ ਸਹੀ ਕੀਤਾ ਆਪਾਂ ਰਾਤ ਨੂੰ ਸੌਂਦੇ ਹਾਂ ਸਾਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਇੱਕ ਮੈਂ ਤੁਹਾਨੂੰ ਇਹ ਦੱਸਿਆ ਕੋਈ ਕੋਈ ਕੁਇਟ ਨਹੀਂ ਕੀਤਾ ਮੇਰਾ ਵੀਜ਼ਾ ਆ ਗਿਆ ਮੈਂ ਜਾ ਰਿਹਾ ਮੈਂ ਬਾਹਰ ਅਤੇ ਜਸ ਇੱਥੇ ਆ ਹਲਦੀ ਘੜੀ ਹੋ ਸਕਿਆ ਇਹ ਵੀ ਕੰਮ ਕਰੂਗੀ ਜਲਮ ਸਹੁਰੇ ਸਾਡੀ ਚੱਲਦੀ ਪਈ ਹੈ
ਠੀਕ ਹੈ ਜੀ। ਤੇ ਬਾਕੀ ਕੋਈ ਗੱਲ ਕਮੈਂਟਾਂ ਦੇ ਜਵਾਬ ਦੇਣੇ ਸਾਨੂੰ ਬਣਦੇ ਸੀ, ਪਰ ਥੋੜਾ ਜਿਹਾ ਅਸੀਂ ਡਿਲੇ ਕਰਕੇ ਦਿੱਤਾ ਇਸ ਚੀਜ਼ ਦਾ। ਤੇ ਇਹ ਆ ਵੀ ਜੇ ਅਸੀਂ ਕੱਲ ਨੂੰ ਕਿਤੇ ਜਿੱਦਾਂ ਇਹ ਹੁਣ ਫੋਰਨ ਚੱਲ ਜਾਂਦਾ ਵਾ, ਸਾਨੂੰ ਕਿਸੇ ਕਲਿੱਪ ਦੀ ਜ਼ਰੂਰਤ ਹੋਊਗੀ ਤਾਂ ਉੱਥੋਂ ਮੰਗਾ ਲਾਂਗੇ, ਉੱਥੋਂ ਵੀ ਮੰਗਾ, ਕਿਉਂਕਿ ਵੈਸੇ ਵੀ ਵੀਡੀਓ ਦੇ ਵਿੱਚ ਇਹ ਬਾਹਰ ਚੱਲ ਗਿਆ ਵਾ ਜਲ ਮਸੋਰੇ 'ਚ, ਹੈ ਨਾ। ਤੇ ਕਿਤੇ ਨਾ ਕਿਤੇ ਅਸੀਂ ਉਹ ਸਟੋਰੀ ਵੀ ਸਾਨੂੰ ਇਸ ਕਰਕੇ ਹੀ ਮੋੜਨੀ ਪਈ ਆ, ਹੋ ਸਕਦਾ ਉਹਦੇ ਵਿੱਚ ਇਹਨੂੰ ਇਹ ਬਾਹਰ ਨਾ ਵੀ ਜਾਂਦਾ, ਇੱਥੇ ਰਹਿ ਕੇ ਵੀ ਉਹ ਵੀਡੀਓ ਬਣਦੀ, ਪਰ ਇਹਦੇ ਬਾਹਰ ਜਾਣ ਕਰਕੇ ਵੀ ਕਿਤੇ ਨਾ ਕਿਤੇ ਸਾਨੂੰ ਇਹ ਕਿ ਤੁਹਾਡਾ ਇੰਟਰਸਟ ਬਣਿਆ ਸੀ ਸਟੋਰੀ ਖਰਾਬ ਨਾ ਹੋਵੇ। ਹਾਂਜੀ। ਤੇ ਫਿਰ ਅਸੀਂ ਉਸ ਹਿਸਾਬ ਨਾਲ ਉਹਨੂੰ ਕਿਸੇ ਤਰ੍ਹਾਂ ਕੀਤਾ, ਹੈ ਨਾ। ਬਿਲਕੁਲ। ਤੇ ਚਲੋ ਬਾਕੀ ਤੁਹਾਡੀ ਸਾਰਿਆਂ ਦੀ ਸਪੋਰਟ ਆ, ਤੁਸੀਂ ਪਿਆਰ ਕਰਦੇ ਹੋ, ਅਸੀਂ ਜੋ ਕੁਝ ਵੀ ਕੂੜਾ ਕਰਕਟ ਬਣਾ ਕੇ ਤੁਹਾਡੇ ਅੱਗੇ ਰੱਖ ਦਿੰਦੇ ਆ, ਤੁਸੀਂ ਉਹਨੂੰ ਅਸੈਪਟ ਕਰਦੇ ਹੋ, ਕਰਦੇ ਹੋ ਜੀ, ਹੈ ਨਾ, ਬਿਲਕੁਲ ਕਰਦੇ ਹੋ। ਇਸ ਕਰਕੇ ਤੁਹਾਡਾ ਸਾਰਿਆਂ ਤੋਂ ਵੱਧ ਧੰਨਵਾਦ ਆ। ਹਾਂਜੀ। ਤੇ ਬਾਕੀ ਤੂੰ ਦੱਸ ਦੇ ਵੀ ਚੈਨਲ ਤੇ ਰਿਹਾ ਵਾ, ਇੱਥੇ ਕਿੱਦਾਂ ਪਰਿਵਾਰ ਵਾਂਗੂ ਰਹੇ ਸਾਰੇ, ਜਾਂ ਕਿਸੇ ਤਰ੍ਹਾਂ ਦੀ ਕੋਈ ਗੱਲ ਵਾ? ਇੱਕ ਵਲੌਗ ਵੀ ਪਾਇਆ ਇਸ, ਅਸੀਂ ਬੱਚਿਆਂ ਵਾਂਗੂ ਇਹਨਾਂ ਨੂੰ ਰੱਖਿਆ, ਇਹ ਨਹੀਂ ਪਾਇਆ ਕਿ ਵੇਖੋ ਤੁਸੀਂ ਮਾਰੇ ਬੋਲੋ ਕੋ ਪਰਮਾਤਮਾ ਨੇ ਇਹਨਾਂ ਦੀ ਸੁਣੀ ਆ, ਤੇ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਬੱਚਿਆਂ ਦੀ ਰੱਬ ਨੇ ਸੁਣੀ, ਜਿੱਦਾਂ ਸਾਨੂੰ ਪਵਿੱਤਰ ਦਾ ਚਲਾਇਆ। ਜਿੱਦਾਂ ਹੁਣ ਬਾਹਰ ਜਾਊਗਾ ਉੱਥੇ ਇਹਦੇ ਕਈ ਸੱਜਣ ਮਿੱਤਰ ਹੋਣਗੇ, ਕਈ ਰਿਸ਼ਤੇਦਾਰ ਹੋਣਗੇ, ਤੇ ਉਹ ਵੀ ਇਹਨੂੰ ਜਾ ਪੁੱਛਣਗੇ, ਤੇ ਇਹ ਵੀ ਦੱਸੂਗਾ ਜਾ ਕੇ ਵੀ ਮੈਂ ਮਾਨਪੁਰ ਟੀਵੀ ਜਿਹੜਾ ਉੱਥੇ ਮੈਂ ਕੰਮ ਕਰਦਾ ਹਾਂ, ਤੇ ਉਹਨੂੰ ਉਹਦੇ ਕੰਮ ਕਰਦਿਆਂ ਦੇ ਵਿੱਚ ਹੀ ਮੈਂ ਆਪਣਾ ਜਿਹੜਾ ਮੇਰਾ ਵੀਜ਼ਾ ਆ ਗਿਆ ਵਾ, ਹੈ ਨਾ। ਬਿਲਕੁਲ। ਇਹ ਬਾਹਰ ਚਲ ਗਿਆ ਤੇ ਆਹੋ ਗੱਲ ਹੁੰਦੀ ਆ ਕੰਮ ਕਰਨ ਦੀ, ਜੇ ਕੋਈ ਕਿਸੇ ਨਾਲ ਦਿਲੋਂ ਕੰਮ ਕਰਦਾ ਤੇ ਪ੍ਰੇਮ ਨਾਲ ਬਹਿ ਕੇ ਗੱਲਬਾਤ ਕਰਕੇ ਬੰਦਾ ਜਾਵੇ ਤੇ ਕੋਈ ਦੁੱਖ ਨਹੀਂ। ਜਦੋਂ ਬੰਦੇ ਕੰਮ ਕਰ ਜਾਂਦੇ ਆ ਸਾਲ ਦੋ ਸਾਲ, ਸਿੱਧੀ ਗੱਲ ਵਾ ਵੀ ਚਲੋ ਜਿਹੜੇ ਚੈਨਲ ਤੇ ਕੰਮ ਕਰਨਾ ਉੱਥੋਂ ਕੁਝ ਨਾ ਕੁਝ ਉਹਨਾਂ ਨੂੰ ਤਿਲ ਫੁੱਲ ਜਾਂਦਾ ਜੋ ਪਰਮਾਤਮਾ ਨੇ ਉਹਨਾਂ ਦਾ ਹਿੱਸਾ ਬਣਾਇਆ ਹੁੰਦਾ, ਹੈ ਨਾ। ਤੇ ਜਦੋਂ ਫਿਰ ਬੰਦੇ ਲੜ ਝਗੜ ਕੇ ਖਾਧਾ ਵੀ ਜਦੋਂ ਮਤਲਬ ਕਿ ਚੁੱਪ ਚੁਪੀਤੇ ਪਾਸਾ ਵੱਟ ਜਾਂਦੇ ਆ ਜਾਂ ਕੰਮ ਕਰਨ ਤੋਂ ਬਾਅਦ ਚ ਬਦਨਾਮੀ ਦੇ ਕੇ ਜਾਂਦੇ, ਫਿਰ ਦੁੱਖ ਬੜਾ ਹੁੰਦਾ ਤੇ ਸਾਰੀ ਗਲਤੀ ਨਿਕਲ ਜਾਂਦੀ ਹੈ ਚੈਨਲ ਵਾਲੇ ਦੀ, ਇਹਨਾਂ ਦੀ ਫਲਾਣੇ ਨਾਲ ਨੀ ਪਾਉਂਦੀ, ਇਹਨਾਂ ਦੀ ਢੀਂਗੜੇ ਨਾਲ। ਹੁਣ ਮੇਰੇ ਕੋਲ ਜਿੰਨੀਆਂ ਜੋੜੀਆਂ ਆਈਆਂ ਨਾ, ਘੱਟ ਤੋਂ ਘੱਟ ਸਾਲ ਹਰ ਬੰਦਾ ਹੀ ਕੰਮ ਕਰਕੇ ਗਿਆ, ਨਹੀਂ ਤਾਂ ਕਈਆਂ ਵੱਧ ਕੀਤਾ। ਹੁਣ ਮਨਜਿੰਦਰ ਭਾਜੀ ਹੋਣੀ ਆ ਨਾ, ਮੇਰੇ ਹਿਸਾਬ ਨਾਲ ਉਹ 2 ਸਾਲਾਂ ਤੋਂ ਉੱਪਰ ਜਾਣ ਡਏ, 2-2.5 ਸਾਲ ਮੇਰੇ ਹਿਸਾਬ ਨਾਲ ਹੋ ਗਏ, ਹੈ ਨਾ। ਰਘਵੀਰ ਹੋਣੀ ਸੀ 1 ਸਾਲ ਤੋਂ ਵੱਧ ਕੰਮ ਕਰਕੇ ਗਏ, ਜੱਗੀ ਮੇਰੇ ਨਾਲ 2.5-2 ਸਾਲ ਕੰਮ ਕਰਕੇ ਗਿਆ, ਠੀਕ ਹੈ। ਆਉਣ ਰਿਕਾਰਡ ਆ ਸਾਰਾ, ਪਿੰਦਰ ਹੋਣਾ ਨੂੰ 3 ਸਾਲ ਹੋ ਗਏ ਸਾਡੇ ਕੋਲ ਆਇਆ, ਹੈ ਨਾ। ਚਲੋ ਉਹਦੀ ਮੰਮੀ ਦੀ ਡੈਥ ਹੋ ਗਈ ਵਿਚਾਰੇ ਦੀ, ਉਹਦੀ ਮਜਬੂਰੀ, ਆਪਾਂ ਨੂੰ ਆਪ ਹੀ ਗਿਆ ਵੀ ਤੂੰ ਜਾ ਯਾਰ ਹੁਣ ਤੂੰ ਆਪਣੀ ਮੰਮੀ ਨੂੰ ਸਾਂਭ, ਕਿਉਂਕਿ ਉਹ ਬੰਦਾ ਅੱਜ ਸਾਨੂੰ ਕਹਿ ਨਹੀਂ ਸਕਦਾ ਵੀ ਤੁਸੀਂ ਟਾਈਮ ਨਹੀਂ ਦਿੱਤਾ, ਮੈਂ ਮੰਮੀ ਦਾ ਇਲਾਜ ਨਹੀਂ ਕਰਾਇਆ, ਉਹਨੇ ਪੈਸੇ ਖਰਚੇ ਵਿਚਾਰੇ ਨੇ, ਖੱਜਲ ਹੋਇਆ ਇਲਾਜ ਕਰਾਇਆ, ਚਲੋ ਉਹਦੀ ਮੰਮੀ ਨਹੀਂ ਬਚੀ, ਹੈ ਇਸ ਕਰਕੇ ਉਹ ਵੱਖਰੀ ਗੱਲ ਆ ਵੀ ਕੋਈ ਕਿਸੇ ਤਰ੍ਹਾਂ ਦੇ ਹਿਸਾਬ ਨਾਲ ਸਾਨੂੰ ਵੇਂਦਾ ਵਾ ਕਿੱਦਾਂ ਵੇਂਦਾ, ਹਰ ਇੱਕ ਬੰਦੇ ਦੀ ਆਪਣੀ ਸੋਚ ਆ। ਪਰ ਮੈਨੂੰ ਕੋਈ ਦੱਸ ਦੇ ਕਿ ਜਿਹੜੇ ਬੰਦੇ ਨੇ ਮੇਰੇ ਨਾਲ ਕੰਮ ਕੀਤਾ ਕੰਟੀਨਿਊ ਉਹ ਕੰਮ ਕਰਦਾ ਰਿਹਾ ਜਾਂ ਨਹੀਂ ਕਰਦਾ ਰਿਹਾ, ਠੀਕ ਹੈ ਕਿ ਨਹੀਂ। ਹੁਣ ਵੀ ਅਸੀਂ ਜਿਹੜੀ ਜੋੜੀ ਲਈ ਆ ਉਹ ਤੁਹਾਡੇ ਕਹਿਣ ਤੇ ਲਈ, ਮੇਰੇ ਕਹਿਣ ਤੁਸੀਂ ਕਿਹਾ ਕਿ ਇਹਨਾਂ ਨੂੰ ਪਹਿਲਾਂ ਤੁਸੀਂ ਕਿਹਾ ਕਿ ਹੁਣ ਮੈਂ ਚੱਲ ਜਾਣਾ ਵਾ, ਹਾਂਜੀ। ਤੇ ਮਤਲਬ ਫਿਰ ਉਹ ਰੋਲ ਇਹਦੇ ਕੋਲ ਕੁੜੀ ਕੋਲ ਕੱਲੀ ਕੋਲ ਉਦਾਂ ਦੇ ਨਹੀਂ ਹੋਣ, ਉਦਾਂ ਦੇ ਨਹੀਂ ਹੋਣ। ਆਪਾਂ ਇਹ ਚੀਜ਼ ਪਹਿਲਾਂ ਕਹੀ ਅਸੀਂ ਹੁਣ ਇਹਦੇ ਵਿੱਚੋਂ ਵੀਡੀਓ ਦੇ ਵਿੱਚ ਜਿੱਦਾਂ ਨਹੀਂ ਕੰਮ ਕਰ ਸਕਦੇ ਅੱਗੇ ਵੀ ਜਾਣ ਦਾ ਕਰਕੇ, ਵੀ ਤੁਸੀਂ ਆਪਣੀ ਅੱਗੇ ਹੋਰ ਕੋਈ ਜੋੜੀ ਦਾ ਇੰਤਜ਼ਾਮ ਕਰ ਲਓ, ਤੇ ਉਹਦਾ ਕਰਕੇ ਫਿਰ ਇਹਨਾਂ ਨੇ ਹੋਰ ਜੋੜੀ ਲੱਭੀ ਆ, ਉਹ ਵੀ ਸਾਰਿਆਂ ਦੀ ਸਹਿਮਤੀ ਇਹਨਾਂ ਦੇ ਕਹਿਣ ਤੇ, ਜਦੋਂ ਇਹਨਾਂ ਕਿਹਾ ਤਾਂ ਅਸੀਂ ਤਾਂ ਲੱਭੀ ਆ, ਇਹਨਾਂ ਕਿਹਾ ਵੀ ਹੁਣ ਬਿਲਕੁਲ ਲੱਗ ਗਏ ਕੰਮ ਆ ਗਿਆ ਤੁਸੀਂ ਲੱਭ ਲਓ। ਇਹ ਗੱਲ ਆ ਕਿ ਅਸੀਂ ਕੋਈ ਵੀ ਲੜ ਝਗੜ ਕੇ ਜਾਂ ਫਿਰ ਕੋਈ ਵੀ ਗੁੱਸੇ ਨਾਰਾਜ਼ਗੀ ਹੋ ਕੇ ਵੀ ਅਸੀਂ ਵੀਡੀਓ ਦੇ ਵਿੱਚ ਆਉਣਾ ਨਹੀਂ, ਮਤਲਬ ਛੱਡਿਆ ਤਾਂ ਨਹੀਂ ਆ ਵੀਡੀਓ ਛੱਡੀ, ਇਹ ਵੀ ਸਿਰਫ ਸਾਡੇ ਆਪਣੇ ਕਾਰਨ ਕਰਕੇ ਹੀ ਅਸੀਂ ਵੀਡੀਓ ਛੱਡੀ ਆ, ਤੇ ਬਾਕੀ ਜਿੰਨਾ ਕੁ ਹੋ ਸਕੇ ਮੈਂ ਆਉਂਦੀ ਰਹੂੰਗੀ ਵੀਡੀਓ ਦੇ ਵਿੱਚ, ਬਾਕੀ ਦੇਖੋ ਅੱਗੇ ਅੱਗੇ ਜਿੱਦਾਂ ਪਰਮਾਤਮਾ ਜਿੱਦਾਂ ਸੰਯੋਗ ਬਣਾਈ ਜਾਊਗਾ। ਬਿਲਕੁਲ ਜੀ, ਬਾਕੀ ਮੈਨੂੰ ਇਹ ਸਾਰਿਆਂ ਨਾਲੋਂ ਵੱਡੀ ਖੁਸ਼ੀ ਇਹ ਹੈ ਕਿ ਜਦੋਂ ਉਹਦਾ ਹੀ ਆਪਣਾ ਚੈਨਲ ਚਲਾਇਆ ਨਾ,
ਤਿੰਨ ਸਾਡੇ ਕੋਲ ਗਏ ਨੇ ਬਾਹਰ ਏਦਾਂ ਹੀ ਵੀ ਇੱਕ ਤੇਰਾ ਕੰਮ ਪੁੱਤ ਬਣਿਆ, ਇੱਕ ਸਾਡਾ ਦੋਹਤੇ ਦਾ ਤੇ ਇੱਕ ਪੁੱਤ। ਚਲੋ ਸਾਡਾ ਭਾਂਜਾ ਹੀ ਨਾ ਮਾਨਿਆਂ ਵਾਲਾ, ਉਹ ਵੀ ਲੋਕਡਾਊਨ ਦੇ ਵਿੱਚ ਉਹਨੂੰ ਅਸੀਂ ਇੱਥੇ ਲਿਆਂਦਾ ਆਪਣੇ ਕੋਲ ਹਾਂਜੀ, ਤੇ ਉਹ ਐਡਮਿੰਟਨ ਆ ਤੇ ਇੱਥੇ ਉਹਨੂੰ ਅਸੀਂ ਆਈਲੈਟ ਕਰਾਈ ਭਾਮ। ਹਾਂਜੀ ਪਰਮਾਤਮਾ ਨੇ ਪੂਰਾ ਕੀਤਾ ਵਾ, ਤੁਸੀਂ ਸਾਡੇ ਨਾਲ ਕੰਮ ਕੀਤਾ ਵਾ ਤੇ ਸਾਨੂੰ ਵਧੀਆ ਗੱਲ ਲੱਗੀ ਆ। ਮੈਂ ਕਿਹਾ ਵਧੀਆ ਵਧੀਆ, ਮੈਂ ਇਹ ਚਾਹੁੰਦਾ ਮੈਂ ਚਾਹੁੰਦਾ ਜਿਹੜੇ ਹੋਰ ਸਾਡੇ ਨਾਲ ਕੰਮ ਕਰਨ ਰਹੇ ਆ ਉਹ ਵੀ ਵਧੀਆ ਰਹਿਣ, ਉਹ ਵੀ ਵਧੀਆ ਗਾਂ, ਉਹਨਾਂ ਨੂੰ ਤਰੱਕੀ ਮਿਲੇ, ਵਧਣ ਜੀ ਵਧਣ, ਹਨਾ ਵਧਣ। ਤੇ ਕਿਉਂਕਿ ਜਿਹੜਾ ਵੀ ਬੰਦਾ ਕੋਈ ਕੰਮ ਸ਼ੁਰੂ ਕਰਦਾ ਵਾ ਉਹ ਇਸੇ ਉਮੀਦ ਨੂੰ ਲੈ ਕੇ ਕਰਦਾ ਵਾ ਕਿ ਅੱਗੇ ਜਾ ਕੇ ਉਹਦੀ ਤਰੱਕੀ ਹੋਵੇ, ਅੱਗੇ ਉਹਨੂੰ ਵਧੀਆ ਉਹਦੇ ਵਿੱਚ ਰਿਜ਼ਲਟ ਮਿਲਣ। ਬਾਕੀ ਇਹਨੇ ਇਹ ਕਿਹਾ ਸੀ, ਇਹਨੇ ਇਹ ਕਿਹਾ ਸੀ ਕਿ ਮੈਂ ਜਾਣ ਤੋਂ ਪਹਿਲਾਂ ਆਪਣਾ ਚੈਨਲ ਬਣਾਉਣਾ ਚਾਹੁੰਦਾ ਵਾਂ, ਚੈਨਲ ਇਹਨੇ ਬਣਾਇਆ ਵਾ, ਵੱਧ ਚੱਲਦਾ ਵਾ ਘੱਟ ਚੱਲਦਾ ਵਾ, ਜਿੰਨੀ ਕੁ ਅਸੀਂ ਸਪੋਰਟ ਕਰ ਸਕਦੇ ਹਾਂ ਆਪਾਂ ਵਲੌਗ ਵੀ ਬਣਾ ਕੇ ਪਾਇਆ ਸੀ, ਚਲੋ ਤੁਸੀਂ ਵੀ ਪਿਆਰ ਦੇਣ ਡਏ ਹੋ, ਉਹ ਵੀ ਇਹਦੀ ਜਿਹੜੀ ਇੱਕ ਅੰਦਰ ਦੀ ਜਿਹੜੀ ਤਮੰਨਾ ਸੀ ਉਹ ਪੂਰੀ ਹੋਈ ਆ, ਹੁਣੇ ਬਾਅਦ ਜਾ ਕੇ ਆਪਣੀ ਮਿਹਨਤ ਕਰ ਲੂਗਾ ਕਿੱਦਾਂ ਆਪਣਾ ਦੋਵੇਂ ਜੀ ਆਪਣਾ ਸੈਟਿੰਗ ਕਰਕੇ ਪਾ ਸਕਦੇ, ਜਿੱਦਾਂ ਵੀ ਕਰ ਸਕਦੇ ਹਾਂ ਅਸੀਂ ਹਰ ਤਰ੍ਹਾਂ ਇਹਨਾਂ ਦੇ ਨਾਲ ਆ। ਚਲੋ ਇਹਨਾਂ ਨੇ ਵੀ ਸਾਡਾ ਸਾਥ ਵਧੀਆ ਦਿੱਤਾ, ਕੰਮ ਕੀਤਾ ਰਲ ਮਿਲ ਕੇ, ਬਹੁਤ ਵੇਖੋ ਜਦੋਂ ਅਸੀਂ ਜਿਹੜਾ ਸਾਡੇ ਨਾਲ ਕੰਮ ਕਰਨਾ ਆਉਂਦਾ ਸਿੱਧੀ ਗੱਲ ਆ ਆਪਾਂ ਸਾਰਿਆਂ ਨੂੰ ਬੱਚਿਆਂ ਨੂੰ ਰੱਖੀਦਾ, ਅਗਲੇ ਵੀ ਰਹਿੰਦੇ ਆ, ਅਸੀਂ ਆਪਣੇ ਆਪ ਸਹੀ ਆ ਨਾ, ਠੀਕ ਆ ਕਿ ਨਹੀਂ, ਸਾਨੂੰ ਆਪਣੇ ਆਪ ਦੀ ਇੰਨਾ ਕਮਾਣਾ, ਅਸੀਂ ਮਾੜਾ ਅੱਜ ਤੱਕ ਕਿਸੇ ਦਾ ਨਹੀਂ ਕੀਤਾ, ਠੀਕ ਆ ਨਾ, ਤੇ ਪਰਮਾਤਮਾ ਵੀ ਵਧੀਆ ਕਰਨ ਡਿਆ, ਕਿਸੇ ਗੱਲ ਦੀ ਤੰਗੀ ਨੀ, ਅਸੀਂ ਬੜੇ ਖੁਸ਼ ਹਾਂ। ਮਾਮੀ ਮਾਮੀ ਮੈਨੂੰ ਕਹਿੰਦੇ ਵੀ ਰਹੇ ਆ ਕਿ ਜੇ ਤੂੰ ਚੱਲ ਜਾਣਾ ਵਾ ਤੇ ਤੂੰ ਜਸ ਨੂੰ ਇੱਥੇ ਛੱਡ ਜੀ, ਇੱਦਾਂ ਦਾ ਸਿਲਸਿਲਾ। ਸੋ ਦੱਸਾਂਗੀ ਗੱਲ, ਇਹ ਚੀਜ਼ਾਂ ਜਿਹੜੀਆਂ ਗਲਤ ਥੋਟ ਹੁੰਦੇ ਆ ਨਾ ਬੰਦੇ ਦਾ ਦਿਮਾਗ ਲੈ ਕੇ ਆਉਂਦਾ ਹੁੰਦਾ, ਬੰਦਾ ਨੀ ਕਰਦਾ ਹੁੰਦਾ, ਸੋ ਇਹਨਾਂ ਚੀਜ਼ਾਂ ਨੂੰ ਸਾਨੂੰ ਬਾਹਰ ਨਿਕਲਣਾ ਚਾਹੀਦਾ ਵਾ। ਬਾਕੀ ਵੇਖੋ ਇੱਥੇ ਪਿਆਰ ਦੇ ਨਾਲ ਰਹਿੰਦੇ ਵੀ, ਪਿਆਰ ਦੇ ਨਾਲ ਬਣਦਾ ਰਿਹਾ, ਆਪਕੇ ਬਣਾਉਂਦੇ ਰਹੇ, ਖਾਂਦੇ ਰਹੇ, ਪੀਂਦੇ ਰਹੇ, ਰੋਟੀਆਂ ਪੱਕਦੀਆਂ ਜਿੱਦਾਂ ਮਰਜ਼ੀ ਹੁੰਦਾ, ਇਹੋ ਹੀ ਹੁੰਦਾ ਆਪਣੇ ਘਰਾਂ ਨੂੰ, ਆਪਣੀ ਮਰਜ਼ੀ ਨਾਲ ਕਰ ਸਕਦੇ ਆ, ਉਹ ਆਪਣਾ ਹੀ ਘਰ ਹੁੰਦਾ, ਠੀਕ ਆ। ਖੂਨ ਖੂਨ ਦੇ ਰਿਸ਼ਤੇ ਨਾਲੋਂ ਪਿਆਰ ਦੇ ਰਿਸ਼ਤੇ ਜਿਹੜੇ ਜਿਆਦਾ ਵਧੀਆ ਹੁੰਦੇ, ਮੇਰਾ ਮੰਨਣਾ ਵਾ, ਮੇਰਾ ਵੀ ਮੰਨਣਾ ਇਹੋ ਹੀ ਆ, ਕਈ ਯਾਰ ਉਹ ਰਿਸ਼ਤੇ ਸਾਥ ਨਹੀਂ ਦਿੰਦੇ ਤੇ ਪਿਆਰ ਦਾ ਜਿਹੜਾ ਰਿਸ਼ਤਾ ਉਹ ਸਾਥ ਦੇ ਦਿੰਦੇ, ਤੇ ਪਰ ਇਹ ਹੁੰਦਾ ਵੀ ਚਲੋ ਅਸੀਂ ਕਹਿੰਦੇ ਹਾਂ ਵੀ ਖੂਨ ਦੇ ਰਿਸ਼ਤੇ ਵੀ ਵਧੀਆ ਨਿਭਣੇ ਚਾਹੀਦੇ ਆ, ਹਨਾ, ਆਪਣਾ ਪਰਿਵਾਰ ਚਾਹੀਦੇ ਆ। ਬਾਕੀ ਤੂੰ ਮੇਰਾ ਪੁੱਤ ਬਾਹਰ ਗਿਆ, ਸਾਡੀਆਂ ਅਸੀਸਾਂ ਤੇਰੇ ਨਾਲ ਹੀ ਜਾਣਗੀਆਂ, ਤੇਰਾ ਵੱਧ ਤੋਂ ਵੱਧ ਕੰਮ ਹੋਏਗਾ, ਇੱਥੇ ਵੀ ਮਿਹਨਤ ਕਰਦਾ ਵਾ, ਚਲੋ ਤੂੰ ਨਵਾਂ ਨਵਾਂ ਜਾਣਾ, ਕਿਸੇ ਕਿਸਮ ਦੀ ਲੋੜ ਪੈਂਦੀ, ਲੋੜ ਪੈਂਦੀ ਹੈ ਜੀ, ਪੈਂਦੀ, ਤੂੰ ਸਾਨੂੰ ਫੋਨ ਕਰਨਾ, ਤੂੰ ਉੱਥੇ ਬੈਠਾ ਹੀ ਹੋਏ, ਨਹੀਂ ਬਿਲਕੁਲ ਜੀ ਬਿਲਕੁਲ, ਇਹੋ ਹੀ ਸਾਥ ਹੁੰਦਾ, ਆ ਸਾਥ ਹੁੰਦਾ ਤਾਂ ਜਿਹੜਾ ਠੀਕ ਹੈ, ਮੈਂ ਫੋਨ ਕਰ ਦੇਣਾ ਬਸ, ਹਾਂਜੀ ਕਿ ਮਾਮਾ ਜੀ ਨੂੰ ਮਾਮਾ ਵਧੀਆ, ਚਲੋ ਖੁਸ਼ੀ ਹੋਈ ਆ ਵੀ ਤੂੰ ਕੋਈ ਚੰਗੀ ਖਬਰ ਦਿੱਤੀ ਜਾਣ ਕੇ, ਨਹੀਂ ਦੇਣੀ ਚਾਹੀਦੀ, ਹੁਣ ਕੀ ਕਰਦੇ, ਇੱਦਾਂ ਹੀ ਵੀਡੀਓ ਬਣਾਉਂਦੇ ਆ, ਤੇ ਜਦੋਂ ਪੁੱਤਰ ਦਾ ਮੈਸੇਜ ਆਇਆ ਸੀ ਵੀ ਤੁਹਾਡੀ ਪੀ ਪੀ ਆਰ ਆ ਗਈ, ਜਲਦੀ ਵਲੌਗਾਂ ਦੇ ਵਿੱਚ ਦੱਸਾਂਗੇ, ਵਲੌਗ ਜੀ ਤੁਹਾਨੂੰ ਪਤਾ ਲੱਗ ਜਾਣੀ ਆ, ਹਜੇ ਆਪਾਂ ਉਹ ਇਹਨਾਂ ਨੂੰ ਵੀ ਨੀ ਦੱਸੀ ਹੈਗੀ, ਤੇ ਪਰ ਇਹਨਾਂ ਨੂੰ ਵੀ ਜਲਦੀ ਦੱਸਾਂਗੇ, ਉਹ ਮੈਂ ਹੀ ਇਹਨਾਂ ਨੂੰ ਕੱਲੀ ਨੂੰ ਦੱਸੇ ਕੱਲੀ ਦੱਸੂਗੀ ਇਹਨਾਂ ਨੂੰ, ਪਰਮ ਨੇ ਪਰਮ ਫਿਰ ਵੀਡੀਓ ਕਾਲ ਤੇ ਦੱਸ ਦੇਣਗੇ, ਪਰ ਇਹ ਆ ਵੀ ਇਹ ਤੋਂ ਵੀ ਉੱਤੇ ਇੱਕ ਗੁੱਡ ਨਿਊਜ਼ ਹੈਗੀ ਆ, ਦੋ ਆ ਉਹ ਵੀ ਦੱਸਾਂਗੇ ਜ਼ਰੂਰ, ਬਿਲਕੁਲ ਜੀ ਬਿਲਕੁਲ, ਪਰਮਾਤਮਾ ਕਰੇ ਅਸੀਂ ਜਾਂਦੇ ਹਾਂ ਵੀ ਖਬਰਾਂ ਚੰਗੀਆਂ ਹੋਣ ਹਰ ਪਾਸੇ, ਹਾਂਜੀ
ਤੇ ਅਸੀਂ ਇਹ ਵੀ ਸੁੱਖ ਮੰਗਦੇ ਹਾਂ ਤੁਹਾਡੀ ਵੀ ਸਾਰਿਆਂ ਤੋਂ ਪਹਿਲਾਂ ਤੁਹਾਡੀ ਸੁੱਖ ਮੰਗਦੇ ਹਾਂ ਜਿੰਨਾ ਕਰਕੇ ਅਸੀਂ ਚੱਲਦੇ ਹਾਂ ਜਿਹੜੇ ਸਾਨੂੰ ਵੇਖਣ ਡਿਆ ਜਿਹੜੇ ਤੁਸੀਂ ਵੇਖਣ ਡਿਆ ਤੁਸੀਂ ਕਾਮਯਾਬ ਆਪਣਾ ਟਾਈਮ ਭੰਨ ਕੇ ਤੁਸੀਂ ਵੇਂਦੇ ਹੋ ਤੁਸੀਂ ਅਸੀਂ ਜੋ ਵੀ ਮੈਂ ਅੱਗੇ ਕਿਹਾ ਵੀ ਅਸੀਂ ਮਾੜਾ ਚੰਗਾ ਬਣਾਉਂਦੇ ਹਾਂ ਉਹ ਤੁਸੀਂ ਅਸੈਪਟ ਕਰਦੇ ਹੋ ਹਨਾ ਤੇ ਇੱਦਾਂ ਤੁਸੀਂ ਵੀ ਜੁੜੇ ਰਹੋ ਸਾਡੇ ਨਾਲ ਅਸੀਂ ਤੁਹਾਡੇ ਨਾਲ ਜੁੜੇ ਰਹਾਂਗੇ ਜਿੰਨੇ ਕੁ ਯੁੱਗ ਹੈਗੇ ਹਾਂ ਅਸੀਂ ਜਿੱਦਾਂ ਦਾ ਵੀ ਕੰਮ ਕਰਨ ਡਿਆ ਮਾੜਾ ਚੰਗਾ ਅਸੀਂ ਨਹੀਂ ਕਹਿੰਦੇ ਅਸੀਂ ਚੰਗਾ ਕਰਦੇ ਹਾਂ ਚਲੋ ਚੰਗਾ ਤੁਸੀਂ ਬਣਾਉਂਦੇ ਹੋ ਤੇ ਕੋਈ ਗੱਲ ਨਹੀਂ ਬਹੁਤ ਵਧੀਆ ਲੱਗਾ ਵਾ ਤੇ ਬੜੀ ਖੁਸ਼ੀ ਹੋਈ ਆ ਤੇ ਸ਼ਾਮ ਦਾ ਟਾਈਮ ਆ ਤੇ ਐਨਰਜੀ ਬੜੀ ਆਈ ਉਦਾਂ ਗੱਲ ਸੁਣ ਕੇ ਚੱਲ ਵਧੀਆ ਗੱਲ ਹੋਈ ਹਨਾ ਸਾਡਾ ਛਾਪਾ ਵੇਖਿਆ ਦੀਦੀ ਸਤਾਉਂਦੇ ਆ ਹਨਾ ਦੀਦੀ ਕਹਿੰਦੀ ਮੇਰੇ ਹਿਸਾਬ ਨਾਲ ਲੱਗਦਾ ਫੋਨ ਘਰ ਮੈਂ ਜਸੇ ਸਾਹਮਣੇ ਲਾਇਆ ਫੋਨ ਪਰ ਫੋਨ ਘਰ ਵੱਜਾ ਤੇ ਫਿਰ ਮੈਂ ਗਿਆ ਨਾ ਪਹਿਲੀ ਚ ਗਿਆ ਮੈਂ ਉਧਰ ਫਿਰ ਤੁਰਿਆ ਆਇਆ ਜੀ ਤੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਡੇ 'ਚ ਗਲਤੀਆਂ ਬੜੀਆਂ ਹੁੰਦੀਆਂ ਵਾ ਤੇ ਜ਼ਰੂਰ ਮਾਫ਼ ਕਰਿਓ ਤੇ ਇਹਨਾਂ ਨੂੰ ਤੁਸੀਂ ਵੀ ਸਾਰੇ ਆਸ਼ੀਰਵਾਦ ਦਿਓ ਤੇ ਵਧੀਆ ਵਾ ਤੁਹਾਡੀਆਂ ਤੁਹਾਡੀਆਂ ਸੀਸਾਂ ਤੇ ਇਹ ਤੁਹਾਡੀਆਂ ਅਰਦਾਸਾਂ ਤੇ ਤੁਹਾਡਾ ਸਾਥ ਕਿੱਥੋਂ ਤੱਕ ਲੈ ਕੇ ਜਾਣ ਡਿਆ ਵਾ ਬਹੁਤ ਦੂਰ ਤੱਕ ਲੈ ਕੇ ਜਾਣ ਡਿਆ ਵਾ ਤੇ ਵਧੀਆ ਹੀ ਆ ਪੁੱਤ ਜਾ ਕੇ ਫੋਨ ਕਰਨਾ ਬਿਲਕੁਲ ਜੀ ਬਿਲਕੁਲ ਸਾਰੀ ਰਾਜੀ ਬਾਜੀ ਹਾਂ ਜੀ ਠੀਕ ਆ ਇਹੋ ਹੀ ਹੁੰਦਾ ਠੀਕ ਆ ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ